ਮੈਂ ਵੀ ਉੱਥੇ ਹੁਣੇ ਮੁਕਤਸਰ ਜਾ ਰਿਹਾ ਇਸ ਪਿੰਡ ਦੇ ਪ੍ਰੋਗਰਾਮ ਤੋਂ ਬਾਅਦ, ਅਤੇ ਉਹਦੇ ਮਿਲਣ ਨਾਲ ਅਕਾਲੀ ਦਲ ਨੂੰ ਕਾਫੀ ਸ਼ਕਤੀ ਮਿਲੇਗੀ, ਕਿਉਂਕਿ ਬੜਾ ਐਕਸਪੀਰੀਅੰਸ ਬੰਦਾ ਹੈ, ਬੜਾ ਓਰੇਟਰ ਹੈ, ਫੀਲਡ 'ਚ ਉਹਨੇ ਲੰਮਾ ਸਮਾਂ ਕੰਮ ਕੀਤਾ, ਉਹਦੇ ਸਾਰੇ ਪੰਜਾਬ ਸੈਲਰ, ਇਸ ਕਰਕੇ ਮੈਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਵੀ ਦਿੰਦਾ, ਔਰ ਇਹ ਵੀ ਸਮਝਦਾ ਕਿ ਅਕਾਲੀ ਦਲ ਨੂੰ ਉਹਦੇ ਆਉਣ ਨਾਲ ਬੜੀ ਸ਼ਕਤੀ ਮਿਲੀ। ਦੇਖੋ ਹੌਲੀ ਹੌਲੀ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਅਸਲੀ ਪੇਰੈਂਟ ਬਾਡੀ ਜਿਹੜੀ ਹੈ ਉਹ ਅਕਾਲੀ ਦਲ ਹੈ, ਜਿਹਦੇ ਕਦੇ ਸੰਤ ਫਤਿਹ ਸਿੰਘ ਪ੍ਰਧਾਨ ਰਹੇ, ਮਾਸਟਰ ਤਾਰਾ ਸਿੰਘ ਪ੍ਰਧਾਨ ਰਹੇ, ਸੰਤ ਹਰਜਨ ਸਿੰਘ ਲੌਂਗੋਵਾਲ ਪ੍ਰਧਾਨ ਰਹੇ, ਗੁਰਦੇਵ ਸਿੰਘ ਤਲਵੰਡੀ ਰਹੇ, ਹੁਣ ਸੁਖਬੀਰ। ਇਹ ਮੇਰਾ ਮਤਲਬ ਜਿਹੜੇ ਦੂਜੇ ਹੈ ਇਹ ਹਮੇਸ਼ਾ ਇਹੋ ਜਿਹੀਆਂ ਇਹੋ ਜਿਹੇ ਛੋਟੇ ਛੋਟੇ ਜਿਹੇ ਕਿਸੇ ਗੱਲ ਨਾਲ ਕਿਸੇ ਦੇ ਉਕਸਾਉਣ ਨਾਲ ਪਾਸੇ ਹੋ ਜਾਂਦੇ, ਪਰ ਅਖੀਰ ਉਹਨਾਂ ਦਾ ਬਣਦਾ ਕੋਈ ਨਹੀਂ, ਅਖੀਰ ਮੇਨ ਸਟ੍ਰੀਮ ਜਿਹੜੀ ਹੈ ਅਕਾਲੀ ਦਲ ਉਹਦੇ। ਬੜਾ ਅਫਸੋਸ ਹੈ ਕਿ ਬਾਹਰ ਇਹੋ ਘਟਨਾ ਹੁੰਦੀਆਂ ਹਨ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰਾਂਗਾ ਕਿ ਇਹੋ ਜਿਹੀਆਂ ਚੀਜ਼ਾਂ 'ਤੇ ਉਹਨਾਂ ਦੀ ਗੌਰਮੈਂਟਾਂ ਨਾਲ ਗੱਲ ਕਰਨ ਤਾਂ ਕਿ ਇਹੋ ਜਿਹੀ ਘਟਨਾ ਨਾ ਹੋਵੇ।